ਨਮਸਕਾਰ, ਸਵਾਗਤ ਹੈ ਤੁਹਾਡਾ ਸਾਹਿਲ ਸੇਵਾਦਾਰ ਦੇ ਬਲੌਗ 'ਚ। ਔਰ ਇਸ ਲਈ ਮੈਂ ਜਿਹੜਾ ਆਪਣੇ ਗ੍ਰਾਂ 'ਚ ਹਾਂ, ਔਰ ਅੱਜ ਬੱਚੇ ਦੁਆਰਾ ਜਿਹੜਾ ਆ ਤਿਉਹਾਰ ਜਿਹੜਾ ਮਨਾਇਆ ਜਾ ਕਰਦਾ, ਖਾਸ ਕਰ ਸਾਡੇ ਜੰਮੂ 'ਚ ਜਿਹੜਾ ਆ, ਕਠੂਆ 'ਚ, ਸਾਂਬੇ 'ਚ ਜਿਹੜਾ ਆ ਇਹ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ। ਇਹਦੀ ਕਿਹ ਰੂਪ ਰੇਖਾ ਆ, ਇਸ ਤਿਉਹਾਰ ਕਿਉਂ ਮਨਾਇਆ ਜਾਂਦਾ ਆ, ਔਰ ਆਖਿਆ ਜਾਂਦਾ ਕਿ ਇਹਨਾਂ 'ਚ ਕੱਟੂ ਪਸ਼ੂ ਜਿਹੜੇ ਨੇ ਉਹ ਵੀ ਪੂਜੇ ਜਾਂਦੇ ਨੇ। ਔਰ ਇਸ ਲਈ ਮੈਂ ਜਿਹੜਾ ਆ ਆਪਣੇ ਮੰਦਿਰ 'ਚ ਹਾਂ, ਔਰ ਮੰਦਿਰ 'ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਸਾਰੀਆਂ ਜਿਹੜੀਆਂ ਨੇ ਅੱਜ ਇਸ ਤਿਉਹਾਰ ਪਰ ਜਿਹੜਾ ਉਹ ਵਰਤ ਵੀ ਰੱਖਦੀਆਂ ਨੇ, ਔਰ ਅੱਜ ਬਛੂ ਦਾ ਪੂਜਣ ਵਾਸਤੇ ਜਿਹੜੀਆਂ ਨੇ ਇੱਥੇ ਆਏ ਨੇ। ਸਾਡੇ ਕੰਨੇ ਪੰਤ ਹੋਰ ਵੀ ਆਉਣੇ, ਸਾਡੇ ਮੰਦਿਰ ਦੇ ਪੁਜਾਰੀ, ਔਰ ਇਹਦੇ ਕੰਨੇ ਵੀ ਗੱਲਬਾਤ ਕਰਕੇ ਕਿ ਇਸ ਤਿਉਹਾਰ ਦਾ ਮਕਸਦ ਕੀ ਹੈ, ਇਸ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ। ਪੁਰਾਣੇ ਟਾਈਮ ਦੀ ਗੱਲ ਹੈ ਕਿ ਪਹਿਲਾਂ ਵੀ ਘਰੇ 'ਚ ਜਿਹੜੀਆਂ ਇਹ ਨਾ ਵੀ ਹੁਣ ਦੂਰੇ ਦੂਰੇ ਵਿਆਹ ਹੋਣ ਲੱਗੇ, ਪਹਿਲਾਂ ਵੀ ਇੰਨਾ ਹੁੰਦਾ ਹਾਂ, ਇੱਕ ਹੀ ਸੁਹਾਗੀ ਅਤੇ ਇੱਕ ਹੀ ਦੁਆਗੀ, ਠੀਕ ਹੈ। ਅਤੇ ਜਿਹੜੀ ਸੁਹਾਗੀ ਸੀ ਉਹ ਇਹ ਸੋਚਦੀ ਸੀ ਵੀ ਸਾਰਾ ਕੁਛ ਮੇਰਾ ਹੀ ਹੈ, ਮੇਰਾ ਘਰ, ਮੇਰੇ ਬੱਚੇ, ਮੇਰਾ ਸਾਰਾ ਕੁਛ ਹੈ। ਤੋ ਕੇ ਗੱਡੀ ਜਿਹੜੀ ਦੁਆਗੀ ਜਿਹੜੀ ਦੂਏ ਬਾਰੇ ਲਿਆਉਂਦੀ ਦੀਦੀ ਜਨਾਨੀ ਸੀ ਕਿ ਸਮਝੀ ਇਸੀ ਕੱਖ ਨਹੀਂ ਆਉਂਦਾ, ਉਹਦੇ ਪਰ ਆਪਣਾ ਰੋਹਬ ਜਮਾਉਂਦੀ ਸੀ ਅਤੇ ਉਸ ਆਖਦੀ ਸੀ ਵੀ ਤੂੰ ਸਾਰਾ ਕੰਮ ਘਰੇ ਦਾ ਤੂੰ ਕਰਨਾ ਅਤੇ ਉਹਦੇ ਪਰ ਰਾਜ ਕਰਦੀ ਸੀ। ਇੱਕ ਦਿਨ ਕੀ ਹੋਇਆ ਵੀ ਉਹ ਜਿਹੜੀ ਬੜੀ ਚੰਡਾਲ ਸੀ, ਜਿਹੜੀ ਸੁਹਾਗਣ ਸੀ, ਇੰਨਾ ਸੁਹਾਗਣੇ ਚੰਡਾਲ ਨਹੀਂ ਹੋਣਾ ਚਾਹੀਦਾ, ਪਰ ਉਹ ਬੜੀ ਚੰਡਾਲ ਸੀ। ਉਹਨੇ ਕੀ ਕੀਤਾ ਕਿ ਉਸ ਆਖਣ ਲੱਗੀ ਮੈਂ ਚੱਲੇ ਇਹ ਵਰਤ ਆਈ ਆ ਬਚ ਦੁਆ ਦਾ। ਉਹਨੇ ਆਖਿਆ ਮੈਂ ਇੰਨਾ ਕਰਨਾ, ਮੇਰੇ ਗੇ ਬੱਚੇ ਨੇ ਤਾਂ ਮੈਂ ਇੰਨਾ ਕਰਨਾ, ਇਹਦਾ ਤਾਂ ਕੁਛ ਹੈ ਨਹੀਂ, ਇਸੀ ਮੈਂ ਕੰਮੇ ਲੈਣੀ ਹੈ। ਉਸੀ ਆਖਦੀ ਵੀ ਮੇਰੇ ਆਉਣੇ ਕੋਲ ਪਹਿਲਾਂ ਤੂੰ ਇਹ ਸ਼ਿਕਾਰ ਜਿਹੜਾ ਇਹ ਬਣਾਈਏ ਰੱਖਿਆ, ਜਿਹੜਾ ਜਿਹੜਾ ਇਹ ਸੋਤੀਏ ਰੱਖਿਆ, ਇਹ ਜਿਹੜੇ ਧਾਨ ਨੇ ਕੁੱਟੀਏ ਰੱਖਿਆ, ਇਹ ਸਾਰਾ ਕੰਮ ਜਿੰਨਾ ਵੀ ਆ ਉਸ ਦੱਸੀਏ ਤਾਂ ਚਲੀ ਜਾਂਦੀ। ਜਿਲ੍ਹਾ ਜਾਂਦੀ ਉੱਥੇ ਤਾਂ ਉਹ ਜਿਹੜੀ ਦੁਆਗਣ ਸੀ ਉਹਦੇ ਮਨ 'ਚ ਤਾਂ ਆ ਵੀ ਇਹ ਜਿਹੜਾ ਵਰਤ ਰੱਖਣ ਜਾ ਰਹੀ ਹੈ ਅਤੇ ਮੈਂ ਵੀ ਵਰਤ ਰੱਖਣਾ, ਅਤੇ ਉਹ ਸੀ ਸੁਣਾਉਂਦੀ ਨਹੀਂ। ਜਿਲ੍ਹਾ ਉਹ ਘਰਾਂ ਚਲੀ ਜਾਂਦੀ ਉਹ ਦੀਦੀ ਵੀ ਦੀਦੀ ਵੀ ਇਹ ਜਨਾਨੀ ਚਲੀ ਗਈ ਹੈ, ਜਿਲ੍ਹਾ ਚਲੀ ਜਾਂਦੀ ਉਹ ਕਰਦੀ ਫਟਾਫਟ ਜਾਂਦੀ ਨਹਿਰਾਂ ਨਹਾਉਣ, ਅਤੇ ਉਹ ਉਰਲੇ ਉੱਥੇ ਨਹਾ ਦੀ ਹੁੰਦੀ ਅਤੇ ਉਹ ਦੂਏ ਪਰ ਜਾਂਦੀ, ਉੱਥੇ ਪੁਲੇ ਪਰ ਜਾਂਦੀ ਉੱਥੇ ਨਹਾਈ ਹੈ, ਉੱਥੇ ਨਹਾ ਦੀ ਹੁੰਦੀ ਅਤੇ ਨਹਾਉਂਦੇ ਨਹਾਉਂਦੇ ਉਹਦਾ ਇੱਕ ਬਾਲ ਜਿਹੜਾ ਉੱਥੇ 'ਚ ਰੁੜੀ ਜਾਂਦਾ, ਅਤੇ ਉਹ ਜਿਲ੍ਹਾ ਜਿਹੜੀ ਸੁਹਾਗਣ ਹੁੰਦੀ ਥੱਲੇ ਨਹਾ ਦੀ ਹੁੰਦੀ, ਉਹ ਦੀਦੀ ਆਦੀ ਬਾਲ ਤਾਂ ਨਹੀਂ ਉਹਦਾ ਲੱਗਦਾ, ਅਤੇ ਉਹ ਕਿਵੇਂ ਆਈ, ਮੈਂ ਤੁਸੀਂ ਇੰਨਾ ਕੰਮ ਦੇ ਆਈ ਨਹੀਂ ਘਰਾਂ। ਉਹ ਆਖਦੀ ਅੱਛਾ ਕੋਈ ਗੱਲ ਨਹੀਂ, ਮੈਂ ਘਰ ਜਾਈਏ ਦੀ ਖਬਰ ਲੈਂਦੀ ਹਾਂ ਵੀ ਮੈਂ ਅਸੀਂ ਕਿੰਨਾ ਕੰਮ ਦੇ ਆਈ ਸੀ, ਅਤੇ ਇਹ ਕੰਮ ਜਿਹੜਾ ਇਹ ਛੱਡੀਏ ਅਤੇ ਇੱਥੇ ਨਹਾਉਣਾ ਇਹਦੀ ਇਹਨੂੰ ਵੀ ਵਰਤ ਰੱਖ। ਉਹ ਕੀ ਕਰਦੀ ਫਟਾਫਟ ਨਹਾਉਂਦੀ ਅਤੇ ਘਰ ਚਲੀ ਜਾਂਦੀ, ਪੂਜਾ ਆਪਣਾ ਮੱਥਾ ਟੇਕਦੀ ਅਤੇ ਘਰ ਚਲੀ ਜਾਂਦੀ। ਘਰ ਜਾਈਏ ਜਿਲ੍ਹਾ ਉਹ ਜਾਂਦੀ ਉਹ ਆਖਦੀ ਵੀ ਹੁਣ ਇੰਨਾ ਕੰਮ ਹੈ, ਮੈਂ ਰਸਤੇ ਵੀ ਇਹ ਸੋਚਦੀ ਜਾਂਦੀ ਵੀ ਇੰਨਾ ਕੰਮ ਹੈ, ਸ਼ਿਕਾਰ ਇਹਨੇ ਵੀ ਬਣਾਉਣੇ ਦਿੱਤੇ ਦਾ, ਕੰਨਾਂ ਮੀ ਵੀ ਇਹਨਾਂ ਇਹ ਧਾਨ ਕੁੱਟਣੇ ਦਿੱਤੇ ਦਾ, ਕੰਨਾਂ ਵਿਹੜਾ ਸੁੱਤਣੇ ਆਖੇ ਦਾ, ਵੀ ਮੈਂ ਕੰਮ ਕਿਵੇਂ ਕਰਗੀ। ਜਿਲ੍ਹਾ ਉਹ ਜਾਂਦੀ ਘਰ, ਜਿਲ੍ਹਾ ਘਰ ਜਾਂਦੀ ਤਾਂ ਦਿਖੀ ਹੈਰਾਨ ਹੋਈ ਜਾਂਦੀ ਵੀ ਧਾਨ ਵੀ ਕਟੋਰੀਏ ਦਾ ਹੁੰਦਾ, ਚਿੜੀਆਂ ਚੋਗਾ ਵੀ ਚੁਗਲੇ ਦਾ ਹੁੰਦਾ, ਸਾਰਾ ਕੁਛ ਪ੍ਰੋਪਰ ਜਿੰਨਾ ਕੰਮ ਦਿੱਤੇ ਹੁੰਦਾ ਸਾਰਾ ਕੰਮ ਹੋਈ ਜਾਂਦਾ ਹੁੰਦਾ। ਉਹ ਕੀ ਕਰਦੀ ਵੀ ਜਿਲ੍ਹਾ ਘਰ ਜਾਂਦੀ ਤਾਂ ਦੀਦੀ ਵੀ ਮੈਨੂੰ ਸ਼ਿਕਾਰ ਆਖਿਆ ਇਹਨੂੰ ਬਣਾਉਣੀ, ਤਾਂ ਸ਼ਿਕਾਰ ਤਾਂ ਦੀਦੀ ਖਾਈ, ਇਹ ਪਤਾ ਨਹੀਂ ਕੌਣ ਖਾਈ ਆ, ਕੋਲੇ 'ਚ ਕੱਢੀਏ, ਉਹ ਮੈਂ ਕੀ ਕਰਗੀ। ਉਹ ਦੀਦੀ ਵੀ ਸਾਹਮਣੇ ਬੱਛੂ ਹੈ,
ਉਹ ਕੀ ਕਰਦੀ ਬਈ ਛੂਈ ਲੈਂਦੀ ਉਸੀ ਵੱਢਦੀ ਉਹਦਾ ਸ਼ਿਕਾਰ ਬਣਾਉਂਦੀ ਅਤੇ ਜਿਹੜੀ ਹੈ ਉਹਦੇ ਤਾਂ ਆਉਂਦੇ ਤਾਂ ਸਾਰਾ ਕੰਮ ਕਰੀ ਤਾਂ ਖੇਡਦੀ ਜਿੱਲਾ ਉਹ ਆਉਂਦੀ ਉਹ ਦੀਦੀ ਜੇ ਗੇਟ ਕਰਾਸ ਕਰਦੀ ਹੈ ਦੀਦੀ ਅਤੇ ਕੰਮ ਤਾਂ ਸਾਰਾ ਹੋ ਜਾਂਦਾ ਵੀ ਇਹ ਤਾਂ ਉੱਥੇ ਨਹਾਉਣ ਗਈ ਵੀ ਨਹੀਂ ਇਹ ਸਹੀ ਹੋਇਆ ਉਹ ਅਸੀਂ ਪੁੱਛਦੀ ਉਸ ਆ ਜੀ ਤੂੰ ਸਾਰਾ ਕੰਮ ਕਰੇ ਰਿਹਾ ਮੈਂ ਕਿਹਾ ਹਾਂ ਮੈਂ ਸਾਰਾ ਕੰਮ ਕਰੇ ਰਿਹਾ ਅਤੇ ਉਹ ਆਖਦੀ ਵੀ ਹੁਣ ਇਹਨੇ ਮਿੱਗੀ ਛੱਡਣਾ ਨਹੀਂ ਜਿਹੜਾ ਇਹਨੇ ਬੱਚੂ ਵਾਲੇ ਪਾਸੇ ਦੇਖਿਆ ਕਿ ਬੱਚੂ ਹੈ ਨਹੀਂ ਅਤੇ ਫਿਰ ਮੈਂ ਕੀ ਕਰਦੀ ਉਹਨੂੰ ਕਿਲਾ ਦੇਖਿਆ ਬੱਚੂ ਵਾਲੇ ਪਾਸੇ ਤਾਂ ਬੱਚੂ ਆਪਣੀ ਜਗ੍ਹਾ ਬੱਜਦਾ ਉਹ ਵੀ ਦੁਆ ਗੱਲ ਵੀ ਦਿਖਦੀ ਕਿ ਮੈਂ ਤਾਂ ਬੱਚੂ ਬਣਾਇਆ ਰਿਹਾ ਅਤੇ ਬੱਚੂ ਕਿੱਥੋਂ ਆਈ ਆ ਅਤੇ ਇਹ ਜਿਹੜੀ ਹੈ ਸਤਯੁਗ ਦੀਆਂ ਜਿਹੜੀਆਂ ਕਹਾਣੀਆਂ ਹੈਗੀਆਂ ਇਹ ਸੱਚੀਆਂ ਪ੍ਰਮਾਣ ਕਹਾਣੀਆਂ ਹੈਗੀਆਂ ਅਤੇ ਇਹਦੇ ਇਹ ਤਾਈਆਂ ਜਿਹੜਾ ਬੱਚ ਦੁਆ ਜਿਹੜਾ ਇਹ ਤਾਈਆਂ ਸੱਚੀ ਕੱਟੂ ਬੱਚੂ ਤਾਈਆਂ ਪੂਜਦੇ ਹਾਂ ਵੀ ਇਹ ਉਸ ਵੇਲੇ ਵੀ ਭਗਵਾਨ ਜਿਹੜੇ ਇਹ ਉਹ ਹੈ ਇਹ ਸਾਕਸ਼ਾਤ ਇਹ ਉਹਨੇ ਉਹਦੀ ਇੰਨੀ ਮਦਦ ਕੀਤੀ ਅਤੇ ਉਹ ਕਿੰਨੀਆਂ ਕਿੰਨੀਆਂ ਉਸਨੇ ਬਚਾਇਆ ਜਿੱਲਾ ਉਹ ਦਿਖਦੀ ਉਹ ਰਾਹ ਨੂੰ ਦਿਖੀ ਹੈ ਅਤੇ ਫਿਰ ਉਹਦੇ ਕਦਮੀ 'ਚ ਪਈ ਜਾਂਦੀ ਵੀ ਤੂੰ ਜਿਹੜਾ ਸਾਰਾ ਕੁਛ ਮਤਲਬ ਕੀਤੇ ਦਾ ਵੀ ਉਸ ਬੱਚੂ ਵੀ ਠੀਕ ਹੈ ਸਾਰਾ ਕੁਛ ਠੀਕ ਹੈ ਅਤੇ ਉਸ ਮੰਨੀ ਜਾਂਦੀ ਫਿਰ ਉਹ ਬਾਅਦ 'ਚ ਉਸੀ ਸੁਣਾਉਂਦੀ ਉਹ ਆਦੀ ਤੁਸਾਂ ਦੇ ਵਰਤ ਰੱਖਿਆ ਰੱਖਿਆ ਨੇਮੀ ਵਰਤ ਰੱਖਿਆ ਅਤੇ ਇਸੀ ਕਲਯੁਗ 'ਚ ਸਤਯੁਗ 'ਚ ਤਾਂ ਪੁੱਜਾ ਦੇ ਨਾ ਲੇਕਿਨ ਕਲਯੁਗ 'ਚ ਵੀ ਲੋਕ ਆਈ ਹੈ ਇਹਦੀ ਮਹਿਮਾ ਇੰਨੀਆਂ ਗੈ ਗਾਉਣ ਅਤੇ ਅਸੀਂ ਇੰਨੀਆਂ ਗੈ ਪੁੱਜਣਾ ਤਾਂ ਅਸੀਂ ਸਾਰੀਆਂ ਇਕੱਠੀਆਂ ਹੋਈ ਹੈ ਆਪਣੇ ਜਿਹੜੇ ਕੱਟੂ ਬੱਚੂ ਨੇ ਤਾਂ ਪੁੱਜਦੇ ਹਾਂ ਜਾਂ ਜਿਹੜੇ ਸਾਰੇ ਮਾਲ ਡੰਗਰ ਹੈ ਇਹ ਵੀ ਠੀਕ ਠਾਕ ਰਹੋ ਬੱਚਿਆਂ ਦਾ ਅਤੇ ਜਿਵੇਂ ਅਸੀਂ ਆਪਣੇ ਬੱਚੇ ਹੀ ਪਾਲਦੇ ਹਾਂ ਸਾਰੇ ਬੱਚੇ ਵੀ ਠੀਕ ਠਾਕ ਰਹੋਣ ਭਗਵਾਨ ਦੀ ਦਿਆ ਕਰਨਾ ਇਹ ਤਾਂ ਅਸੀਂ ਬੱਚ ਦੁਆ ਵੀ ਪੁੱਜਦੇ ਹਾਂ ਸਾਰੇ ਡੋਗਰਿਆਂ ਦਾ ਇਹ ਇੱਕ ਮੰਨੇ ਦਾ ਤਿਉਹਾਰ ਹੈ ਅਤੇ ਪੂਰੇ ਜੰਮੂ ਕਸ਼ਮੀਰ 'ਚ ਅਸੀਂ ਬੜੇ ਜ਼ੋਰੇ ਸ਼ੋਰੇ ਕਰਨਾ ਮਨਾਉਂਦੇ ਹਾਂ ਅਤੇ ਅਸਾਂ ਸਾਰਿਆਂ ਮਿਲੀਏ ਅਸੀਂ ਜ਼ਰੂਰ ਮਨਾਉਣਾ ਚਾਹੀਦਾ ਅਤੇ ਕੰਨੇ ਇੱਕ ਮੌਕਾ ਮਿਲ ਜਾਂਦਾ ਸਾਨੂੰ ਸਾਰਿਆਂ ਦੀ ਇਕੱਠੇ ਹੋਣੇ ਦਾ ਅਤੇ ਕੰਨੇ ਆਪਣੇ ਜਿਹੜੇ ਅਸੀਂ ਰੋਡ ਸ਼ੋਟ ਬਣਾਏ ਹੁੰਦੇ ਇਹ ਵੀ ਇੱਕ ਦੂਜੇ ਦੀ ਦੇਣੇ ਦਾ ਪਤਾ ਲੱਗੀ ਜਾਂਦਾ ਕਿਸੇ ਦੇ ਸ਼ੈਲ ਬਣੇ ਦੇ ਕਿਸੇ ਦੇ ਕਾਲੇ ਬਣੇ ਦੇ ਕਿਸੇ ਦੇ ਚਿੱਟੇ ਬਣੇ ਦੇ ਹੈ ਨਾ ਅਤੇ ਇਹਦਾ ਵੀ ਆਪਣਾ ਵੱਖਰਾ ਵੱਖਰਾ ਸਵਾਦ ਹੈ ਅਤੇ ਕਈ ਲੋਕ ਇਹਦੇ 'ਚ ਫਲੁਹਾਰ ਖਾਂਦੇ ਅਤੇ ਕਈ ਲੋਕ ਇੱਕ ਟਾਈਮ ਰੋਟੀ ਵੀ ਖਾ ਲੈਂਦੇ ਪਰ ਮੈਂ ਤਾਂ ਇਹੀ ਆਖਣੀ ਜੇ ਇਕਾਦਸ਼ੀ ਕਹਿੰਦਾ ਤੁਸੀਂ ਅਸੀਂ ਰੱਖੋ ਅਤੇ ਤਾਂ ਤੁਸੀਂ ਫਲੁਹਾਰ ਗਿਆ ਖਾਣਾ ਚਾਹੀਦਾ ਰੋਟੀ ਨਹੀਂ ਠੀਕ ਹੈ ਅਤੇ ਫਲੁਹਾਰ ਖਾਗੇ ਅਤੇ ਕੰਨੇ ਇੰਨੀਆਂ ਵੀ ਤੁਸੀਂ ਤੰਦਰੁਸਤ ਰਹੋਗੇ ਅਤੇ ਕੰਨੇ ਇੱਕ ਦਿਨ ਭਗਵਾਨ ਵਾਸਤੇ ਰੱਖੀ ਲੈ ਕੇ ਧੱਕੇ ਜਾਣ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਕ੍ਰਿਸ਼ਨਾ ਸਾਰੇ ਕੀ ਨਮਸਕਾਰ ਜੈ ਸ਼੍ਰੀ ਕ੍ਰਿਸ਼ਨਾ ਜੀ ਅੱਜ ਦਾ ਦਿਨ ਜਿਹੜਾ ਬਸਤਵਾਸੀ ਦੇ ਉਪਲਕਸ਼ ਅੱਜ ਮਨਾਇਆ ਜਾਂਦਾ ਕਈਆਂ ਲੋਕਾਂ ਕੱਲ੍ਹ ਮਨਾਈ ਉੱਠਦਾ ਕਾਸ਼ਤੀ ਪੁੱਜੀ ਦਿੱਤੀ ਹੈ ਤਾਂ ਜਿਹੜਾ ਵਿਸ਼ੇਸ਼ ਤਿਉਹਾਰ ਉਹ ਅੱਜ ਹੀ ਹੈ ਅੱਜ ਇਹ ਦੁਆਦਸ਼ੀ ਉਹ ਅੱਜ ਹੀ ਹੈ ਸ਼ੁੱਕਰਵਾਰ ਦਾ ਕੋਈ ਵਿਚਾਰ ਨਹੀਂ ਹੈ ਅੱਜ ਹੀ ਪੁੱਜਣ ਚਾਹੀਦੀ ਅਤੇ ਦੱਸਿਆ ਕਿ ਜਿਹਦਾ ਕੋਈ ਵੀ ਨਵਾਂ ਬੱਚਾ ਸੰਤਾਨ ਹੁੰਦੀ ਉਹ ਵੀ ਅੱਜ ਦੇ ਦਿਨ ਬੰਨ ਚੜਾਈ ਸਕਦੇ ਨੇ ਕਈਆਂ ਲੋਕਾਂ ਵਿਚਾਰ ਰੱਖਦਾ ਮਹਾਰਾਜ ਕਾਸ਼ਤੀ ਪੁੱਜਣਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਅੱਜ ਸਾਰੇ ਪੂਰੇ ਜੰਮੂ 'ਚ ਸਾਡਾ ਮਨਾਇਆ ਜਾਂਦਾ ਤਿਉਹਾਰ ਅਤੇ ਅੱਜ ਦੇ ਦਿਨ 'ਚ ਮਨਾਉਣਾ ਚਾਹੀਦਾ ਦੁਆਦਸ਼ੀ ਵਾਲੇ ਦਿਨ ਮਨਾਇਆ ਜਾਂਦਾ ਅਤੇ ਇਸ ਦਿਨ ਲੋਕ ਸਾਰੇ ਮਾਤਾਵਾਂ ਵਗੈਰਾ ਆਦੀਆਂ ਆਪਣੇ ਪੂਜਾ ਕਰਦੀਆਂ ਸਾਰੇ ਆਪਣੇ ਆਪਣੇ ਜਿਹਦੇ ਘਰ ਨਵੇਂ ਬੱਚੇ ਹੋਦੇ ਉਹ ਬੰਨ ਚੜਾਉਂਦੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਜਿਹੜਾ ਬੰਨ ਚੜਾਉਂਦੇ ਨੇ ਬੱਚੇ ਦਾ ਇਹ ਕਹਿ ਬਸ ਹੁੰਦਾ ਹੈ ਜਿਹਦੇ ਘਰ ਕਿਸੇ ਬੱਚਾ ਸੰਤਾਨ ਲੇਟ ਹੁੰਦੀ ਤਾਂ ਉਹਨੇ ਭਗਵਾਨ ਕੇ ਪ੍ਰਾਰਥਨਾ ਕੀਤੀ ਸੁੱਖਣ ਕੀਤੀ ਹੁੰਦੀ ਅਤੇ ਅਸ ਵੀ ਕਿਸੇ ਕੋਲ ਮੰਗੀਏ ਲਈ ਅਤੇ ਮਾਰੇ ਇਸ ਬੰਨ ਇਹਦੇ ਨਾਲ ਬੰਨ ਚੜਾਗੇ ਅੱਜ ਲੋਕ ਇਹੋ ਅੱਜ ਦੇ ਬਾਜਾ ਲਈ ਅੱਜ ਦੇ ਬਾਜਾ ਚੜਾ ਦੇਣ ਸਾਰੇ ਆਪਣੇ ਅੱਜ ਦਿਨ ਪੁੱਜੋ ਭਗਵਾਨ ਦਾ ਆਸ਼ੀਰਵਾਦ ਲਿਓ ਜੈ ਸ਼੍ਰੀ ਰਾਮ ਜੈ ਸ਼੍ਰੀ